ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜਿਹੜੀ ਵੀਡੀਓ ਉਹ ਰਮਾਨੀਆ ਤੇ ਕਰੋਸ਼ੀਆ ਜਿਹੜੇ ਸ਼ੇਨਗਨ ਦੇ ਵਿੱਚ ਆ ਰਹੇ ਆ ਸ਼ੇਨਗਨ ਜੂਨ ਦੇ ਵਿੱਚ ਆ ਰਹੇ ਆ ਜਲਦੀ ਬਹੁਤ ਸਾਰੇ ਜਿੱਦਾਂ ਕਮੈਂਟ ਆਉਂਦੇ ਆ ਤੇ ਹੁਣ ਜੇ ਸਬੰਧੀ ਨੂੰ ਪਤਾ ਲੱਗਦਾ ਜੇ ਕੋਈ ਬੰਦਾ ਵੀਡੀਓ ਦੇਖਦਾ ਜਾਂ ਕੋਈ ਚਾਹੇ ਪੁਰਾਣੀ ਦੇਖਦਾ ਚਾਹੇ ਨਵੀਂ ਦੇਖਦਾ ਜਾਂ ਕੋਈ ਨਿਊਜ਼ ਪੜ੍ਹਦਾ ਇਹਨਾਂ ਕੰਟਰੀਆਂ ਬਾਰੇ ਤੋਂ ਨਾਲ ਹੀ ਮੈਸੇਜ ਕਰ ਦਿੰਦਾ ਹਨਾ ਵੀ ਵੀ ਇਹ ਸੱਚ ਵਾ ਰਮਾਨੀਆ ਤੇ ਕਰੋਸ਼ੀਆ ਇਹ ਦੋ ਕੰਟਰੀ ਇਦਾਂ ਦੇ ਆ ਜਿਹੜੇ ਸਸਤੇ 'ਚ ਬੰਦੇ ਨੂੰ ਪੁਰਤਗਾਲ, ਜਰਮਨ ਜਾਂ ਇਟਲੀ ਵਗੈਰਾ ਇਟਲੀ ਵਰਗੇ ਕੰਟਰੀ ਦਿਖਾ ਦਿੰਦੇ ਆ ਜੇ ਚਾਹੇ ਕੋਈ ਨਵਾਂ ਵਾ ਕਿਸੇ ਨੇ ਪਲੱਸ 2 ਕੀਤੀ ਆ ਕੋਈ ਕੋਈ ਕਿਤੇ ਗਿਆ ਨਹੀਂ ਹੈਗਾ ਕਿਸੇ ਦੀ ਕੋਈ ਟਰੈਵਲ ਹਿਸਟਰੀ ਹੈਗੀ ਚਾਹੇ ਨਹੀਂ ਹੈਗੀ ਕੋਈ ਮੈਟਰ ਨਹੀਂ ਕਰਦੀ ਇਹ ਕੰਟਰੀ ਆ ਜਦੋਂ ਬੰਦਾ ਪਾਸਪੋਰਟ ਦੇ ਦਿੰਦਾ ਇਨ੍ਹਾਂ ਕੰਟਰੀਆਂ ਵਾਸਤੇ ਏਜੰਟ ਨੂੰ ਤੇ ਏਜੰਟ ਇੱਕ ਡ੍ਰੀਮ ਦਿਖਾਉਂਦੇ ਆ ਕਿ ਬਸ ਤੁਸੀਂ ਉੱਥੋਂ इजीली ਮੂਵ ਹੋ ਸਕਦੇ ਆ ਪੁਰਤਗਾਲ ਦੇ ਵਿੱਚ ਫਿਰ ਬੰਦਾ ਉਹ ਦਿਮਾਗ ਦੇ ਵਿੱਚ ਰੱਖਦਾ ਕਿ ਛਾਇ ਸੌਖਾ ਹੀ ਹਨ ਤੇ ਬਹੁਤਿਆਂ ਵਾਸਤੇ ਸੌਖਾ ਵੀ ਹੁੰਦਾ ਕਿਉਂਕਿ ਈਜ਼ੀ ਚੱਲ ਜਾਂਦੇ ਆ ਬਹੁਤਿਆਂ ਵਾਸਤੇ ਔਖਾ ਹੁੰਦਾ ਤੇ ਉਹ ਫਿਰ ਦੱਸਦੇ ਵੀ ਆ ਬਹੁਤ ਸਾਰੇ ਤਰੀਕੇ ਹਨਾ ਇੱਥੋਂ ਜਾਣਦੇ ਤੇ ਉਹੀ ਮੈਂ ਤੁਹਾਡੇ ਨਾਲ ਹਨਾ ਸ਼ੇਅਰ ਕਰਦਾ ਵਾਂ ਕਿ ਇਹ ਵਾਕਿਆ ਇਹ ਸ਼ਾਨਗਨ ਦੇ ਵਿੱਚ ਆ ਰਹੇ ਜਿਹੜੇ ਅਰਮਾਨੀਆ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਕਿਹਾ ਕਿ ਅਸੀਂ 2011 ਤੋਂ ਟਰਾਈ ਕਰਨ ਦੇ ਆ ਮਤਲਬ ਇਹ ਨਵੀਂ ਗੱਲ ਨਹੀਂ ਹੈਗੀ ਕਿ ਜਿੱਦਾਂ ਅਸੀਂ ਵੀ ਕੋਈ ਨਿਊਜ਼ ਦੇਖਦੇ ਆ ਇਹ ਪੜਦੇ ਆ ਤੇ ਅਸੀਂ ਚੱਕ ਕੇ ਵੀਡੀਓ ਬਣਾ ਦਿੰਦੇ ਹਾਂ ਦੇਖੋ ਅੱਗੇ ਤੋਂ ਅੱਗੇ ਫਾਰਵਰਡ ਹੁੰਦੀ ਰਹਿੰਦੀ ਆ ਉਹੀ ਗੱਲਬਾਤ ਹਰ ਬੰਦਾ ਜਿੰਨੇ ਜਿੰਨੇ ਵੀ ਬੰਦੇ ਇਨਾ ਕੰਟਰੀਆਂ ਨਾਲ ਰਿਲੇਟਡ ਵੀਡੀਓ ਬਣਾਉਂਦੇ ਆ ਚਾਹੇ ਉਹ ਟਿਕਟੋਕ ਤੇ ਫੇਸਬੁੱਕ ਤੇ ਕਾਹਦੇ ਵੀ ਆਓ ਫਿਰ ਉਹ ਆਪੋ ਆਪਣੇ ਹਿਸਾਬ ਨਾਲ ਆਪੋ ਆਪਣੇ opinion ਦਿੰਦੇ ਆ ਅਰਮਾਨੀਆਂ ਦਾ ਜਿਹੜਾ ਪ੍ਰੈਜ਼ੀਡੈਂਟ ਜਿਹੜਾ ਪ੍ਰੈਜ਼ੀਡੈਂਟ ਉਹ ਕਹਿੰਦੇ ਆ ਕਿ 2011 ਤੋਂ ਅਸੀਂ ਟਰਾਈ ਕਰਨਾ ਹੈ ਸ਼ੰਗਨ ਜੂਨ ਦੇ ਵਿੱਚ ਆਉਣ ਦੀ ਪਰ ਹਜੇ ਤੱਕ ਕੋਈ ਕਨਫਰਮ ਨਹੀਂ ਹੈਗਾ ਤੇ ਸ਼ੇਨਗਨ ਜ਼ੋਨ ਦੇ ਵਿੱਚ ਆਉਣ ਵਾਸਤੇ ਜਿਹੜੇ ਯੂਰਪੀਅਨ ਯੂਨੀਅਨ ਆ ਜਿਹੜੇ ਸ਼ੇਨਗਨ ਜ਼ੋਨ ਦੇ ਕੰਟਰੀ ਉਹਨਾਂ ਵਿੱਚ 22 ਕੰਟਰੀਆਂ ਦਾ ਐਗਰੀ ਹੋਣਾ ਜ਼ਰੂਰੀ ਹੈ 22 ਕੰਟਰੀਆਂ ਦੀ ਵੋਟ ਪੈਣੀ ਜ਼ਰੂਰੀ ਹੈ ਚਾਹੇ ਜਿੱਦਾਂ ਮਤਲਬ 22 ਕੰਟਰੀਆਂ ਰੋਮਾਨੀਆਨ ਵੋਟ ਪਾਉਣ ਤੇ ਰੋਮਾਨੀਆ ਸ਼ੇਨਗਨ ਚਾਹੂਗਾ ਇੱਦਾਂ ਕ੍ਰੋਸ਼ੀਆਨ ਵੋਟ ਪਾਉਣ ਤੇ ਕ੍ਰੋਸ਼ੀਆ ਵੀ ਸ਼ੇਨਗਨ ਕੋਈ ਵੀ ਮਤਲਬ ਕੰਟਰੀ ਹੈ ਜਦ ਤੱਕ 22 ਕੰਟਰੀ ਐਗਰੀ ਨਹੀਂ ਹੁੰਦੇ ਉਹਨਾਂ ਦੀ ਜਿਹੜੀ ਉਹ ਇੱਕ ਕੰਟਰੀ ਵਾਸਤੇ ਐਗਰੀ ਨਹੀਂ ਹੁੰਦੇ ਉਦੋਂ ਤੱਕ ਮਤਲਬ ਕਿ ਇਹ ਨਹੀਂ ਐਂਟਰ ਹੁੰਦੇ ਹੋਰ ਵੀ ਕਈ ਜਣੀਆਂ ਹੁੰਦੀ ਜਿਹੜੀਆਂ ਇਹਨਾਂ ਨੇ ਪੂਰੀਆਂ ਕਰਨੀਆਂ ਹੁੰਦੀਆਂ ਲੈਂਡ ਬਾਰਡਰ ਜਿੰਨੇ ਵੀ ਆ ਉਹ ਬਾਰਡਰ ਸਟ੍ਰਿਕਟ ਕਰਨੇ ਜਿਹੜੇ ਮਾਈਗਰੇਨ ਉਹਨਾਂ ਨੂੰ ਐਂਟਰ ਨਹੀਂ ਹੋਣ ਦੇਣਾ ਤੇ ਹੋਰ ਵੀ ਕਈ ਤਰ੍ਹਾਂ ਦੇ ਤੇ ਮੁਲਖ ਦੀ ਤਰੱਕੀ ਸਾਫ ਸਫਾਈ ਉਹਦੀ ਇਦਾਂ ਦੇ ਬਹੁਤ ਸਾਰੇ ਜਿਹੜੀਆਂ ਜਿਹੜੀਆਂ ਚੀਜ਼ਾਂ ਵਾਂ ਉਹ ਇਹਦੇ ਵਿੱਚ ਹੋਣੀਆਂ ਜ਼ਰੂਰੀ ਆ ਤਾਂ ਹੀ ਸ਼ਾਨਗੰਜੋਨ ਦੇ ਵਿੱਚ ਆਉਂਦਾ ਵਾ ਉਦੋਂ ਦਾ ਇਹ ਕੰਟਰੀ ਦੋਨੇ ਹੀ ਜਿਹੜੇ ਯੂਰਪੀਅਨ ਯੂਨੀਅਨ ਦੇ ਮੈਂਬਰ ਆ ਬਟ ਫਿਲਹਾਲ ਹਜੇ ਕੁਝ ਕਨਫਰਮ ਨਹੀਂ ਹੈਗਾ ਹਨ ਕਿ ਰਮਾਨੀਆ ਕਦੋਂ ਜਿਹੜਾ ਸ਼ਾਨਗਨ ਜੋਨ ਦੇ ਵਿੱਚ ਆਊਗਾ ਹਾਂ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਆ ਰਮਾਨੀਆ ਦੇ ਉਹ ਕਹਿ ਰਹੇ ਕਿ ਹੋ ਸਕਦਾ ਇਸ ਸਾਲ ਸਾਨੂੰ ਆਸ ਆ ਵੀ ਅਸੀਂ ਇਸ ਸਾਲ ਜਿਹੜੇ ਆ ਸ਼ਾਨਗਨ ਜੋਨ ਦੇ ਵਿੱਚ ਆ ਜਾਵਾਂਗੇ ਬਟ ਕਨਫਰਮ ਕੋਈ ਨਹੀਂ ਹੈਗਾ ਮਤਲਬ ਆਸ ਸਾਰੇ ਕਰਦੇ ਆ ਅਸੀਂ ਆਸ ਕਰਦੇ ਕਿ ਵੀ ਇਸ ਸਾਲ ਆ ਜਾਵੇ ਜਾਂ ਅਗਲੇ ਸਾਲ ਹਰ ਬੰਦਾ ਹੀ ਕਰਦਾ ਵਾ ਆਸ ਇਹਦੇ ਤੋਂ ਬਾਅਦ ਗੱਲ ਕਰਦੇ ਆ ਕਰੋਸ਼ੀਆ ਦੀ ਪਿਛੇ ਜੀ ਜਿਹੜਾ ਰੌਲਾ ਪਿਆ ਸੀਗਾ ਕਿ ਕਰੋਸ਼ੀਆ ਜਿਹੜਾ ਉਹ 2 1 ਜਨਵਰੀ 2023 ਨੂੰ ਸ਼ੰਗਨ ਜ਼ੋਨ ਦੇ ਵਿੱਚ ਆ ਰਿਹਾ ਬਹੁਤ ਸਾਰੇ ਬੰਦਿਆਂ ਨੇ ਮਤਲਬ ਇਹੀ ਹਨਾ ਨਿਊਜ਼ ਚਲਾ ਦਿੱਤੀ ਹੁਣ ਇਹ ਕਿੰਨਾ ਸੱਚ ਹੈ ਕਿੰਨਾ ਇਹਦਾ ਅਜੇ ਕੁਝ ਨਹੀਂ ਕੰਫਰਮ ਹੈਗਾ ਪਰ ਜਿਹੜੀ ਚੀਜ਼ ਸੱਚ ਹੈ 1 ਜਨਵਰੀ 2023 ਨੂੰ ਇਸ ਕੰਟਰੀ ਵਿੱਚ ਜਿਹੜੇ ਆ ਯੂਰੋ ਉਹ ਚੱਲਣੇ ਸਟਾਰਟ ਹੋ ਜਾਣਗੇ ਮਤਲਬ ਇਹ ਜਿਹੜੀ ਕਰੰਸੀ ਹੈ ਉਹ ਚੇਂਜ ਹੋ ਜੂਗੀ ਜਿਹੜੀ ਆ ਤੇ ਜਿਹੜੇ ਇੱਥੇ ਜਿਹੜੀ ਜਿਹੜੀ ਕਰੰਸੀ ਪਹਿਲਾਂ ਚੱਲਦੀ ਆ ਉਹ ਕਰੰਸੀ ਰੋਮਾਨੀਆ ਤੋਂ ਵੀ ਡਾਉਣ ਆ ਉਹ ਚੇਂਜ ਹੋ ਜੂਗੀ ਉਹਦੀ ਥਾਂ ਯੂਰੋ ਚੱਲਣਗੇ ਤੇ ਆਹ ਸਿਸਟਮ ਜਿਹੜਾ ਇਹ ਜਿਹੜੀ ਨਿਊਜ਼ ਆ ਇਹ ਹੈਗੀ ਹੈ ਕਨਫਰਮ ਇੱਕ ਤੋਂ ਬਾਅਦ ਸ਼ੈਨਗਨ ਜੋਨ ਵਾਲੀ ਜਿਹੜੀ ਨਿਊਜ਼ ਆ ਕਿ ਕਰੋਸ਼ੀਆ ਜਿਹੜਾ ਵਾ ਸ਼ੈਨਗਨ ਜੋਨ ਦੇ ਵਿੱਚ ਆ ਰਿਹਾ ਵਾ ਤੇ ਉਹਦੇ ਬਾਰੇ ਵੀ ਤੁਹਾਨੂੰ ਮੈਂ ਦੱਸ ਦਿੰਦਾ 29 ਜੂਨ 2022 ਯਾਨੀ ਇਸ ਸਾਲ ਦੀ ਇੱਕ ਨਿਊਜ਼ ਆ ਇੱਕ ਜਿਹੜੀ ਗੂਗਲ ਤੇ ਤੁਸੀਂ ਆਪ ਵੀ ਦੇਖ ਸਕਦੇ ਆ ਉਹਦੇ ਹਿਸਾਬ ਨਾਲ ਅਗਲੇ ਸਾਲ ਯਾਨੀ ਵਾ ਕਰੋਸ਼ੀਆ ਉਹ ਸ਼ੇਨਗਨ ਜ਼ੋਨ ਦੇ ਵਿੱਚ ਆ ਰਿਹਾ ਵਾ ਯਾਨੀ 1 ਜਨਵਰੀ 2023 ਨੂੰ ਕਰੰਸੀ ਚੇਂਜ ਹੋ ਰਹੀ ਹੈ ਯੂਰੋ ਚੱਲ ਰਿਹਾ ਉਹ ਤੋਂ ਬਾਅਦ ਜਿਹੜਾ ਵਾ ਕਰੋਸ਼ੀਆ ਉਹ ਸ਼ੇਨਗਨ ਜ਼ੋਨ ਦੇ ਵਿੱਚ ਆ ਰਿਹਾ ਤੇ ਜਿਹੜੇ ਬਾਈ ਫਲਾਈਟ ਜੇ ਤੁਸੀਂ ਜਾਣਾ ਹਨ 26 ਮਾਰਚ 2023 ਯਾਨੀ ਉਹ ਤੋਂ 3 ਮਹੀਨੇ ਪਹਿਲਾਂ ਫਲਾਈਟਾਂ ਸਟਾਰਟ ਹੋ ਜਾਣਗੀਆਂ ਕਰੋਸ਼ੀਆ ਤੋਂ ਤੁਸੀਂ ਫਲਾਈ ਕਰ ਸਕਦੇ ਆ ਯੂਰਪ ਦੇ ਕਿਸੇ ਵੀ ਕੰਟਰੀ ਦੇ ਵਿੱਚ ਜਿਹੜੇ ਸ਼ੇਨਗਨ ਜ਼ੋਨ ਚ ਆਉਂਦੇ ਆ ਵਿਦਆਊਟ ਆ ਵੀਜ਼ੇ ਤੋਂ ਯਾਨੀ ਇੱਕ ਵੀਜ਼ਾ 26 ਕੰਟਰੀ 26 ਤੋਂ 27 ਕੰਟਰੀ ਹੋ ਜਾਣਗੀਆਂ ਉਹ ਤੇ ਤੁਸੀਂ ਟਰੈਵਲ ਕਰ ਸਕਦੇ ਆ ਤੇ ਬਾਕੀ ਬਾਕੀ ਤੁਸੀਂ ਲੈਂਡ ਬਾਰਡਰ ਨੇ ਉਹ ਜੂਨ ਦੇ ਵਿੱਚ ਹੋਣਗੇ 1 ਜੂਨ 2023 ਨੂੰ ਲੈਂਡ ਬਾਰਡਰ ਓਪਨ ਹੋ ਜਾਣਗੇ 26 ਮਾਰਚ 2023 ਨੂੰ ਜਿਹੜੇ ਆ ਫਲਾਈਟਾਂ ਸਟਾਰਟ ਹੋ ਜਾਣਗੀਆਂ ਸੋ ਇਹ ਸਿਸਟਮ ਆ ਜਿਹੜੇ ਕੀ ਅਪਡੇਟ ਜਿਹੜੀ ਕਰੋਸ਼ੀਆ ਦੀ ਆ ਜਿਹੜੇ ਕਰੋਸ਼ੀਆ ਦੇ ਨਿਊਜ਼ ਚੈਨਲ ਆ ਉਹ ਦੱਸ ਰਹੇ ਆ ਇਹ ਉਹਨਾਂ ਦੀ ਜਿਹੜੀ ਅਪਡੇਟ ਆ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਪੰਜਾਬੀ ਦੇ ਵਿੱਚ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਜਿਹੜੀ ਨਿਊਜ਼ ਆ ਇਹ ਨਿਊਜ਼ ਚੈਨਲਾਂ ਨੇ ਦਿਖਾ ਦਿੱਤੀ ਹੈ ਨਾ ਮਤਲਬ ਇਹ ਕਰੋਸ਼ੀਆ ਦੀ ਨਿਊਜ਼ ਆ ਕਰੋਸ਼ੀਆ ਨੇ ਇੱਕ ਪ੍ਰਪੋਜ਼ਲ ਰੱਖਿਆ ਵਾ ਜਿੱਦਾਂ ਕਹਿ ਲਿਆ ਕਿ ਆਪਣੇ ਵੱਲੋਂ ਸਾਰੇ ਤਿਆਰ ਆ ਇਹ ਮਤਲਬ ਉਹਨਾਂ ਦੀ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਨੇ ਪ੍ਰਪੋਜ਼ਲ ਬਣਾਇਆ ਸਾਰਾ ਕਿ ਅਸੀਂ 1 ਜਨਵਰੀ 2023 ਨੂੰ ਯੂਰੋ ਚਲਾ ਦਾਂਗੇ 26 ਮਾਰਚ 2023 ਨੂੰ ਅਸੀਂ ਫਲਾਈਟਾਂ ਸਟਾਰਟ ਕਰ ਦੇਾਂਗੇ ਤੇ ਉਸ ਤੋਂ ਬਾਅਦ ਜਿਹੜੇ ਲੈਂਡ ਬਾਰਡਰ ਤੇ ਸੀ ਬਾਰਡਰ ਆ ਉਹ ਅਸੀਂ 1 ਜੂਨ 2023 ਨੂੰ ਸਟਾਰਟ ਕਰ ਦੇਾਂਗੇ ਇਹ ਮਤਲਬ ਜਿਹੜਾ ਸਾਰੇਆਂ ਜਿੰਨਾ ਵੀ ਪ੍ਰਪੋਜ਼ਲ ਆ ਜਾਂ ਜਿੰਨੇ ਵੀ ਇਹ ਇਹਨਾਂ ਨੇ ਬਣਾਏ ਆ ਸਾਰੇ ਇਹ ਸਾਰੇ ਕਰੋਸ਼ੀਆ ਦੀ ਗਵਰਨਮੈਂਟ ਦਾਵਾ ਕਰਦੀ ਆ ਮਤਲਬ ਇਹ ਕਰੋਸ਼ੀਆ ਦੀ ਗਵਰਨਮੈਂਟ ਵੱਲੋਂ ਕਿਹਾ ਗਿਆ ਕਿ ਅਸੀਂ ਪੂਰੇ ਰੈਡੀ ਆ ਆ ਸਾਡਾ ਪ੍ਰਪੋਜ਼ਲ ਆ ਮਤਲਬ ਕਿ ਉਹਨਾਂ ਨੇ ਆਪਣੇ ਵੱਲੋਂ ਸਾਰੇ ਜਿਹੜੇ ਡਾਕੂਮੈਂਟ ਦੱਸ ਦਿੱਤੇ ਡਾਕੂਮੈਂਟ ਰੱਖ ਦਿੱਤੇ ਆ ਸਾਰਾ ਕੁਝ ਰੱਖ ਦਿੱਤਾ ਵਾ ਇਹ ਕਰੋਸ਼ੀਆ ਦੀ ਗਵਰਨਮੈਂਟ ਦਾ ਕਹਿਣਾ ਇਸ ਤੋਂ ਬਾਅਦ ਯੂਰਪੀਅਨ ਯੂਨੀਅਨ ਦੀ ਜਿਹੜੀ ਗਵਰਨਮੈਂਟ ਆ ਜਿਹੜੀ ਯੂਰਪੀਅਨ ਯੂਨੀਅਨ ਆ ਯੂਰਪੀਅਨ ਯੂਨੀਅਨ ਕਮਿਸ਼ਨ ਆ ਉਹਨਾਂ ਦਾ ਕੀ ਕਹਿਣਾ ਉਹ ਮੈਂ ਤੁਹਾਨੂੰ ਦੱਸ ਦਵਾਂਗਾ ਬਟ ਇੱਕ ਗੱਲ ਮੈਂ ਤੁਹਾਨੂੰ ਹੁਣ ਕਨਫਰਮ ਕਰਦਾ ਇਹਨਾਂ ਨੇ ਜਿਹੜਾ ਪ੍ਰੋਪੋਜ਼ਲ ਆਪਣਾ ਰੱਖ ਦਿੱਤਾ ਯੂਰਪੀਅਨ ਯੂਨੀਅਨ ਨੇ ਜਿਹੜੇ ਯੂਰਪੀਅਨ ਯੂਨੀਅਨ ਜਿਹੜੀ ਯੂਰਪ ਯੂਨੀਅਨ ਆ ਸ਼ੇਨਗਨ ਜ਼ੋਨ ਦੇ ਜਿੰਨੇ ਵੀ ਕੰਟਰੀ ਹੈ ਇਹਨਾਂ ਵੱਲੋਂ ਕੋਈ ਮਨਜ਼ੂਰੀ ਨਹੀਂ ਲਈ ਕੋਈ ਸਿਗਨੇਚਰ ਨਹੀਂ ਹੋਇਆ ਕੋਈ ਸਾਈਨ ਨਹੀਂ ਹੋਇਆ ਇਦਾਂ ਦੇ ਕਿਸੇ ਵੀ ਪ੍ਰੋਪੋਜ਼ਲ ਤੇ ਇਹ ਪ੍ਰੋਪੋਜ਼ਲ ਕਰੋਸ਼ੀਆ ਦੀ ਗਵਰਨਮੈਂਟ ਵੱਲੋਂ ਆ ਯੂਰਪੀ ਯੂਨੀਅਨ ਨੇ ਕੋਈ ਵੀ ਇਹਦੇ ਤੇ ਕੋਈ ਸਾਈਨ ਨਹੀਂ ਕੀਤੇ ਕੋਈ ਇਹਨੂੰ ਮਨਜ਼ੂਰੀ ਨਹੀਂ ਦਿੰਦੀ ਹੈਗੀ ਹਾਂ ਇਨ ਫਿਊਚਰ ਮਨਜ਼ੂਰੀ ਦੇਣ ਹੋ ਸਕਦਾ ਅਕਤੂਬਰ ਚ ਦਸੰਬਰ ਚ ਜਾਂ ਜਨਵਰੀ ਜਦੋਂ ਵੀ ਮਨਜ਼ੂਰੀ ਦੇ ਦੇਣ ਜਦੋਂ ਵੀ ਕਨਫਰਮ ਹੋ ਜੇ ਤੇ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਹੀ ਜਾਣਾ ਵਾ ਇਹ ਚੀਜ਼ ਮੈਂ ਕਿਉਂ ਦੱਸਦਾ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਜਿਹੜਾ ਰੋਮਾਨੀਆ ਵਾ ਇਹਦਾ 2 ਤੋਂ 3 ਲੱਖ 3.5 ਲੱਖ 3.5 4 ਤੱਕ ਪਹੁੰਚ ਗਿਆ ਵਾ ਰੇਟ ਹੌਲੀ ਹੌਲੀ ਇਹਨਾਂ ਗੱਲਾਂ ਕਰਕੇ ਜਹਾਂ ਕਿ ਇਸ਼ਾਨ ਗੰਜੋਂ ਦੇ ਵਿਚ ਆ ਰਿਹਾ ਵਾ ਇੱਕ ਸਾਲ ਨੂੰ ਜਾਂ ਅਗਲੇ ਸਾਲ ਨੂੰ ਜਾਂ ਲਾਸਟ ਵਿੱਚ ਇਦਾਂ ਹੀ ਇਦਾਂ ਹੀ ਕਰੋਸ਼ੀਆ ਦਾ ਰੌਲਾ ਵਾ ਕਿ ਕਰੋਸ਼ੀਆ ਅਗਲੇ ਸਾਲ ਆ ਰਿਹਾ 1 ਜਨਵਰੀ 2023 ਨੂੰ ਯੂਰੋ ਚੱਲ ਰਿਹਾ ਪਰ ਏਜੰਟ ਕਹਿ ਰਿਹਾ ਕਿ 1 ਜਨਵਰੀ 2023 ਨੂੰ ਹੀ ਸ਼ਾਨਗਨ ਜਹੁੰ ਦੇ ਵਿੱਚ ਆ ਰਿਹਾ ਜਦਕਿ ਇਦਾਂ ਦਾ ਕੋਈ ਕਨਫਰਮ ਨਹੀਂ ਹੈਗਾ ਉਹਦਾ ਕੀ ਜਿਹੜਾ ਵਾ ਬੈਡ ਇਫੈਕਟ ਪੈ ਰਿਹਾ ਉਹਦਾ ਇਹ ਪ੍ਰੋਬਲਮ ਆ ਰਹੀ ਕਿ ਜਿਹੜਾ ਏਜੰਟਾਂ ਵੱਲੋਂ ਜਿਹੜਾ ਰੇਟ ਦਾ ਵਧ ਰਿਹਾ ਵਾ ਉਹ ਪਹਿਲਾਂ 2.5 ਲੱਖ ਪਹਿਲਾਂ 3 ਲੱਖ 3.5 4 4.5 ਹੁਣ 5 ਲੱਖ ਤੱਕ ਵੀ ਪਹੁੰਚ ਗਿਆ ਕਈ ਏਜੰਟ 5-5 ਲੱਖ ਵੀ ਲੈ ਰਹਿ ਕੇ 1 ਜਨਵਰੀ ਨੂੰ ਆ ਰਿਹਾ ਵਾ ਖਣਗਣਜੋਂ ਦੇ ਵਿੱਚ ਵੀ ਮੂੰਹ ਮੰਗੇ ਪੈਸੇ ਸਾਨੂੰ ਮਿਲ ਰਹੇ ਸੋ ਮੇਰਾ ਇਹ ਹੁੰਦਾ ਕਿ ਮੈਂ ਤੁਹਾਨੂੰ ਦੱਸਾਂ ਵੱਤ ਵੱਦ ਕੀ ਕਿਹੜੀ ਚੀਜ਼ ਆ ਇਹਦੀ ਅਸਲੀਅਤ ਕੀ ਆ ਜਾਂ ਕੀ ਹਿਸਾਬ ਕਿਤਾਬ ਆ ਸੋ ਇਹ ਚੀਜ਼ ਸੀਗੀ ਬਾਕੀ ਤੁਸੀਂ ਆਪ ਖੁਦ ਵੀ ਜਿਹੜੇ ਵੀ ਪੜੇ ਲਿਖੇ ਆ ਨਿਊਜ਼ ਤੁਸੀਂ ਆਪ ਲੱਭ ਕੇ ਪੜ ਸਕਦੇ ਆ ਜਿਹੜੇ ਜਿੰਨੇ ਵੀ ਇਹਨਾਂ ਦੇ ਨਿਊਜ਼ ਚੈਨਲ ਆ ਜਾਂ ਨਿਊਜ਼ਪੇਪਰ ਆ ਸਾਰੇ ਗੂਗਲ ਤੇ ਤੁਸੀਂ ਸਰਚ ਕਰ ਸਕਦੇ ਆ ਤੇ ਇਹ ਅਸਲ ਦੇ ਵਿੱਚ ਇਹ ਸਚਾਈ ਆ ਜਿਹੜੀ ਤੇ ਬਾਕੀ ਇਹ ਵੀ ਕੋਈ ਸ਼ੋਰ ਨਹੀਂ ਹੈਗਾ 1 ਜਨਵਰੀ ਨੂੰ 6 ਆਉਣਾ ਵਾ ਜਾਂ 1 ਜੂਨ ਨੂੰ ਆਉਣਾ ਵਾ ਕਦੋਂ ਆਉਣਾ ਵਾ ਇਹਦਾ ਕੋਈ ਕਨਫਰਮ ਨਹੀਂ ਹੈਗਾ ਜਿੱਦਾਂ ਹੀ ਕੋਈ ਇਦਾਂ ਦੀ ਨਿਊਜ਼ ਆਊਗੀ ਤੋਂ ਮੈਂ ਤੁਹਾਡਾ ਨਾਲ ਸ਼ੇਅਰ ਕਰ ਦੂੰਗਾ ਮੈਂ ਇਸ ਚੀਜ਼ ਤੇ ਵੀਡੀਓ ਨਹੀਂ ਬਣਾਈ ਸੀਗੀ ਉਹਦਾ ਮੈਨੂੰ ਇਹ ਸੀਗਾ ਕਿ ਹਰ ਹਜੇ ਕੁਝ ਕਨਫਰਮ ਨਹੀਂ ਹੈਗਾ ਨਾ ਰਮਾਨੀਆ ਦਾ ਵਾ ਨਾ ਕ੍ਰੋਸ਼ੀਆ ਦਾ ਨਾ ਬਲਗਾਰੀਆ ਦਾ ਸਾਈ ਪ੍ਰਸ ਦਾ ਤਾਂ ਉਹਨਾਂ ਨੇ ਪੋਸਟਪੋਨ ਕਰ ਹੀ ਦਿੱਤਾ ਤੇ ਹਜੇ ਕੁਝ ਨਹੀਂ ਹੈਗਾ ਜਦ ਤੱਕ ਕੋਈ ਫਾਈਨਲ ਡੇਟ ਕੋਈ ਕੁਝ ਨਹੀਂ ਮਿਲਦਾ ਉਸ ਤੱਕ ਆਪਾਂ ਹਨ ਐਵੇਂ ਗੱਲਾਂ ਝੂਠੀਆਂ ਕਰੀ ਜਾਈਏ ਜਾਂ ਇਦਾਂ ਵੀ ਇਹਦੇ ਨਾਲ ਬਹੁਤ ਸਾਰਾ ਬੈਡ ਇਫੈਕਟ ਪੈਂਦਾ ਵਾ ਏਜੰਟਾਂ ਨੇ ਫਿਰ ਜਿੱਦਾਂ ਮਤਲਬ ਪੈਸੇ ਵਧਾ ਦੇਣੇ ਆ ਤੇ ਇਹਦੇ ਨਾਲ ਠੱਗੀ ਬਹੁਤ ਜ਼ਿਆਦੀ ਵੱਜੂਗੀ ਈਵਨ ਵੱਜ ਵੀ ਰਹੀ ਆ ਤੇ ਇਹ ਸਿਸਟਮ ਆ ਬਾਕੀ ਜਾਂਦੇ ਤਾਂ ਜਿੰਨੇ ਵੀ ਆ ਹੁਣ ਜਿਹੜਨੇ ਵੀ ਬੰਦੇ ਜਾਂਦੇ ਉਹ ਤਾਂ ਤੁਹਾਨੂੰ ਪਤਾ ਹੀ ਆ ਕਿਦਾਂ ਜਾਂਦੇ ਆ ਬਾਕੀ ਆਪਾਂ ਨੂੰ ਇੰਡੀਅਨ ਨੂੰ ਇਹਦਾ ਇਸ ਚੀਜ਼ ਦਾ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਉਮ ਤਾਂ ਮੈਂ ਜਿਹੜੀ ਵੀਡੀਓ ਬਣਾ ਕੇ ਦੱਸੂਗਾ ਲਾਸਟ ਅਗਲੀ ਵੀਡੀਓ ਤੁਹਾਨੂੰ ਬਣਾ ਕੇ ਸਾਰਾ ਦੱਸੂਗਾ ਕਿ ਸਾਨੂੰ ਕੀ ਫਾਇਦਾ ਵਾ ਫਰਮਾਨੀਆਂ ਕਰੋਸ਼ੀਆ ਇਸ਼ਾਨ ਗੰਜੂਨ ਚਾਹੁੰਦੇ ਸਾਨੂੰ ਹੈ ਕੋਈ ਫਾਇਦਾ ਤੇ ਉਹ ਮੈਂ ਤੁਹਾਨੂੰ ਸਾਰਾ ਤੁਹਾਨੂੰ ਕਨਫਰਮ ਕਰੂੰਗਾ ਕਿ ਆਪਣੇ ਇੰਡੀਅਨ ਨੂੰ ਜਾਂ ਪੰਜਾਬੀਆਂ ਨੂੰ ਇਸ ਚੀਜ਼ ਦਾ ਕੋਈ ਫਾਇਦਾ ਹੈਗਾ ਕਿ ਨਹੀਂ ਤੇ ਬਾਕੀ ਇਹ ਸਗੀ ਇੰਨੀ ਕੁ ਵੀਡੀਓ ਅਫਵਾਹਾਂ ਤੋਂ ਪਲੀਜ਼ ਬਚੋ ਏਜੰਟਾਂ ਤੋਂ ਬਚੋ ਬਹੁਤੇ ਪੈਸੇ ਨਾ ਖਰਾਬ ਕਰੋ ਨਾ ਪੈਸੇ ਦਿਓ ਬਹੁਤੇ ਕਿਉਂਕਿ ਮੈਨੂੰ ਇਹ ਹੁੰਦਾ ਕਿ ਇੰਨੇ ਨੇ ਪੈਸੇ ਦੇਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਐਵੇਂ ਝੂਠੀਆਂ ਫਾਰਮ ਏਜੰਟ ਕਹਿੰਦੇ ਕਿ ਬਸ ਅਗਲੇ ਸਾਲ ਇੱਕ ਚੰਨਬੜੀ ਨੂੰ ਸ਼ੰਗਨਜੂਨ ਚ ਆ ਜਾਣਾ ਵਾ ਤੋ ਤੁਹਾਡਾ 3-4 ਲੱਖ ਸਰੀ ਜਾ ਰਿਹਾ ਵਾ ਕਿਤੇ 10-10 ਲੱਖ ਲੱਗਦਾ ਵਾ ਸੋ ਬੰਦਾ ਸੋਚਦਾ ਹਾਂ ਹਾਂ ਵੀ ਆਪਣਾ ਤਿੰਨ ਪਾ ਤਿੰਨ ਚਾਰ ਲੱਖ ਦੇ ਵਿੱਚ इजीली ਕਰੋਸ਼ੀਆ ਪਹੁੰਚ ਜਾਣਾ ਵਾ 6 ਮਹੀਨੇ ਕੰਮ ਕਰਾਂਗੇ ਉੱਥੇ ਬਾ ਸ਼ੰਗਨਜੂਨ ਚ ਆ ਜਾਣਾ ਉੱਥੋਂ इजीली ਮੂਵ ਹੋ ਜਾਗੇ ਪੁਰਤਗਲ ਕਿਉਂਕਿ ਹਰ ਬੰਦੇ ਨੇ ਉੱਥੇ ਜਾਣਾ ਜਾਣਾ ਵੀ ਚਾਹੀਦਾ ਵਾ ਆਪੋ ਆਪਣੇ ਹਨ ਆਪੋ ਆਪਣੇ ਸੋਚ ਦੇ ਮੁਤਾਬਕ ਜਿੰਨੇ ਜਿੱਦਾਂ ਸੈੱਟ ਹੋਣਾ ਵਾ ਉਹ ਸਾਰਾ ਕੁਝ ਵਾ ਤੇ ਆ ਚੀਜ਼ ਏਜੰਟ ਕਹਿੰਦੇ ਆ ਪਰ ਇਦਾਂ ਦਾ ਹਜੇ ਕੁਝ ਨਹੀਂ ਆ ਕਿਦਾਂ ਜੇ ਕੁਝ ਵੀ ਕਨਫਰਮ ਹੋਇਆ ਉਹ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗਾ ਬਾਕੀ ਵੀਡੀਓ ਨੂੰ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ